ਕਿਹੜਾ ਮੁਰਗਾ? ਉਹ ਨਹੀਂ ਸੀ ਜਿੰਦੇ ਕੋਲ ਉਹ 20,000 ਰੁਪਇਆ ਆਖਿਆ ਸੀ? ਆਹੋ ਚਾਚੇ ਕੋਲ ਜਦੋਂ ਗਏ ਸੀ, ਆਹੋ ਜਸਲਾ ਹੈ ਜੀ ਉਹਨਾਂ ਕੋਲ ਸਾਵਾ ਮੁਰਗਾ ਬੜਾ ਕਾਲਾ। ਦੱਸੋ ਪੁੱਛੋ ਹੁਣ ਸਾਨੂੰ ਕੀ ਕਰਨਾ, ਸਾਡੇ ਨਾਲ ਜੋੜ ਕਰਨੇ ਨੇ, ਸੁਲਾ ਕਰਨੀ ਕੀ ਕਰਨੀ? ਜੋੜ ਵਾਲਾ ਨਹੀਂ ਕੰਮ ਹੀ, ਤੇਰੀ ਕਾਂਡੀ ਕੁੰਡੀ ਕੀ ਦੇਵੇ? ਉਹ ਮੈਂ ਇਹਨਾਂ ਦਾ ਠੇਕੇਦਾਰ ਆ ਜੀ, ਕੰਮ ਕਰਵਾ ਰਿਹਾ ਹਾਂ। ਹਲਾ ਜੀ ਅੱਜ ਕੰਮ ਸ਼ਾਮ ਮਿਲੀ ਵੱਡਿਆ ਮਿਸਤਰੀ ਬਣ ਗਿਆ, ਠੀਕ ਹੈ ਕੰਮ। ਅਸਲਾਮੁਅਲੈਕੁਮ ਦੋਸਤੋ, ਸੁਣਾਓ ਕੀ ਹਾਲ ਚਾਲ ਹੈ? ਠੀਕ ਠਾਕ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਤੁਹਾਨੂੰ ਪਤਾ ਕੱਲ੍ਹ ਜਿਹੜਾ ਬਿੱਡਾ ਮੁਰਗਾ ਆਪਣਾ ਮਰ ਗਿਆ ਸੀਗਾ ਯਾਰ, ਬੜਾ ਅਫਸੋਸ ਹੋਇਆ ਵਾ। ਠੀਕ ਆ, ਹੁਣ ਖੈਰ ਕਰ ਕੀ ਸਕਦੇ ਹਾਂ, ਜੋ ਅੱਲਾਹ ਨੂੰ ਮਨਜ਼ੂਰ ਹੋਣਾ ਤਾਂ ਉਹੀ ਸੀਗਾ। ਅਤੇ ਬੱਚੇ ਵੀ ਜਿਹੜੇ ਸੀਗੇ ਉਹ ਬਿਮਾਰ ਕਾਫੀ ਢਿੱਲ ਹੋਏ ਸੀ, ਅਤੇ ਲੇਕਿਨ ਉਹਨਾਂ ਦਾ ਇਲਾਜ ਥੋੜ੍ਹਾ ਬਹੁਤਾ ਕੀਤਾ ਵਾ, ਅਤੇ ਅੱਲਾਹ ਕੀਤਾ ਕਵਰ ਹੋ ਗਿਆ। ਜਿਹੜੇ ਦੂਸਰੇ ਬੱਚੇ ਆ ਜਿਨ੍ਹਾਂ ਵਿੱਚੋਂ 3 ਕੱਲ੍ਹ ਮਰ ਗਏ ਸੀ, ਚੌਥਾ ਕਾਲਾ ਜਿਹੜਾ ਉਹ ਵੀ ਮਰ ਗਿਆ, ਇੱਕ ਹੋਰ ਮਰ ਗਿਆ, ਮਤਲਬ 14 ਬੱਚੇ ਸੀ ਟੋਟਲ, ਜਿਨ੍ਹਾਂ ਵਿੱਚੋਂ 9 ਰਹਿ ਗਏ ਅਤੇ 5 ਮਰ ਗਏ ਆ, ਅਤੇ ਹੁਣ 9 ਜਿਹੜੀਆਂ ਅੱਲਾ ਕੀਤਾ ਸੈਟ ਆ, ਦੁਆ ਕਰਿਓ ਕਿ ਉਹ ਬੱਚੇ ਰਹਿਣ। ਰੋਟੀ ਰੋਟੀ ਖਾ ਕੇ ਵਿਹਲਾ ਹੋਇਆ ਸੀ ਅਤੇ ਅਲੀ ਦੇ ਮਾਰ ਫੋਨ 'ਤੇ ਫੋਨ ਕਰਨ ਲੱਗਿਆ ਸੀ, ਕਹਿੰਦਾ ਸੀ ਯਾਰ ਬੰਦਾ ਗੱਪ ਸ਼ੱਪ ਹੀ ਲਾ ਲੈਂਦਾ, ਝੱਟ ਮੇਲ ਮੂਲ ਲੈ, ਅਤੇ ਮੈਂ ਕਿਹਾ ਯਾਰ ਆ ਜਾਂਦੇ ਹਾਂ, ਮਸਲਾ ਨਹੀਂ, ਰੋਟੀ ਰੋਟੀ ਖਾ ਕੇ ਆਇਆ ਵਾਂ। ਅਤੇ ਦੋਸਤੋ ਅਲੀ ਉਹਨਾਂ ਨੇ ਕੰਮ ਸ਼ੰਮ ਲਿਆ, ਅਤੇ ਹੁਣ ਅਲੀ ਛੱਤ ਦੇ ਉੱਤੇ ਕੰਮ ਸ਼ੰਮ ਕਰਦਾ ਹੋਣਾ, ਚੱਲ ਕੇ ਪੁੱਛਦੇ ਹਾਂ ਕੀ ਗੱਲ। ਅਸੀਂ ਬਾਹਰ ਹੀ ਅੱਪੜ ਗਏ ਹਾਂ ਛੱਤ ਦੇ ਉੱਤੇ। ਮਿਸਤਰੀ ਸਾਹਿਬ ਸੁਣਾਓ ਕੀ ਹਾਲ ਚਾਲ ਨੇ? ਬੇਟੋ ਅਲਹਮਦੁਲਿਲਾ ਫਿਰ। ਹਾਂਜੀ ਭਾਅ ਜੀ, ਤੁਹਾਡੇ ਨਾਲ ਕੁਛ ਨਹੀਂ ਕਰਨਾ, ਅਸੀਂ ਵੀਡੀਓ ਬਣਾ ਰਹੇ ਹਾਂ ਮਿਸਤਰੀ ਸਾਹਿਬ। ਹਾਂਜੀ ਤੁਹਾਡੇ ਨਾਲ ਨਿਕੋ ਜੀ, ਸੁਣਾਓ ਭਾਅ ਜੀ ਕੀ ਹਾਲ ਚਾਲ? ਤੇਰੀ ਕਾਂਡੀ ਕੁੰਡੀ ਕੀ ਦੇਵੇ? ਹਲਾ ਜੀ ਅੱਜ ਕੰਮ ਸ਼ਾਮ ਮਿਲੀ ਵੱਡਿਆ ਮਿਸਤਰੀ ਬਣ ਗਿਆ, ਠੀਕ ਹੈ ਕੰਮ ਸ਼ਾਮ ਕਰਾ ਰਿਹਾ ਬੜੀ ਗੱਲ ਹੈ। ਠੀਕ ਭਾਜੀ ਫਿੱਟੋ, ਨਹੀਂ ਕਰ ਬੀਸ ਨੀ ਕਰੀ ਦਾ, ਚਾਂਡਾ ਮਾਰਨੀਆਂ ਨੇ ਤੇਰੇ, ਯਕੀਨ ਕਰ ਜਾ ਜੁੱਤੀ ਕੱਪੜਾ ਜਿਵੇਂ ਪਾਇਆ ਵੇਖ ਨਾ, ਜੁੱਤੀਆਂ ਛੁੱਤੀਆਂ ਕਿਆ ਬਾਤ ਹੈ, ਬੜੀ ਗੱਲ ਠੀਕ ਠਾਕ ਨੇ ਛੱਡ ਕੰਮ ਕਰਨ ਦੇ ਤੁਹਾਨੂੰ ਲਾਈਕ ਸਬਸਕ੍ਰਾਈਬ ਕਰ ਦਿਆ ਜਿਹਾ ਮੁੰਡੇ ਨੂੰ, ਬੜਾ ਸ਼ੌਕ ਹੈ ਵਿੱਚ ਵੀਡੀਓ ਤੇ ਆਉਣ ਦਾ। ਓਏ ਆ ਗਿਆ ਵਿੱਚ ਤੂੰ ਮਰੇ, ਹੁਣ ਆ ਗਿਆ, ਹੁਣ ਕੀ ਕੱਢੂਗਾ ਗੱਲ ਵਿੱਚ। ਵਾਹ ਜੀ ਵਾਹ, ਕਿਆ ਬਾਤ ਹੈ, ਬੜੇ ਪੁਰਸਕੂਨ ਮਾਹੌਲ ਹੈ ਭਾਅ ਜੀ, ਵਿਊ ਚੈੱਕ ਕਰੋ ਜੀ ਸਾਹਿਬ, ਪੂਰਾ ਇੰਜ ਮੈਂ ਨਾ ਚਸ ਨਹੀਂ ਆ ਗਿਆ ਮਾਹੌਲ ਹੈ ਵੇਖੋ ਜੀ। ਹੈ ਚਲੋ ਹਾਲ ਚਾਲ ਪੁੱਛ ਲਈ ਕੀ ਆ, ਮੈਂ ਚਲ ਇੱਥੇ ਫੋਨ ਕਰਕੇ ਸਾਚ ਲਵਾਂ ਇਹਨੂੰ। ਫੋਨ ਹੁਣ ਆ ਗਏ, ਹੁਕਮ ਕਰੋ ਬਾਬਾ ਜੀ ਕੀ ਹੁਕਮ? ਦੱਸੋ ਪੁੱਛੋ ਹੁਣ ਸਾਨੂੰ ਕੀ ਕਰਨਾ, ਸਾਡੇ ਨਾਲ ਜੋੜ ਕਰਨੇ ਨੇ, ਸੁਲਾ ਕਰਨੀ ਕੀ ਕਰਨੀ? ਨਹੀਂ ਨਹੀਂ, ਜੋੜ ਵਾਲਾ ਨਹੀਂ ਕੰਮ, ਹੀ ਗਲਤ ਹੈ, ਜੋੜ ਕਰਨੀ ਨਹੀਂ ਹੈ ਬਸ। ਤੁਹਾਡੇ ਅੱਗੇ ਅਪੀਲ ਹੀ ਕੀਤੀ ਸੀ ਸੁਲਾ ਦੀ, ਹੁਣ ਵੇਖੋ ਤੁਹਾਡੀ ਮਰਜ਼ੀ। ਸੁਲਾ ਦੀ ਗੱਲ ਇਹ ਹੀ ਹੈ ਕਿ ਸੁਲਾ ਹੀ ਠੀਕ ਹੈ, ਮੇਰੇ ਵੀ ਇਹ ਹੀ ਹਿਸਾਬ ਹੈ। ਦੋਸਤਾਂ ਤੁਸੀਂ ਹੁਣ ਪਤਾ ਨਹੀਂ ਕੀ ਸਮਝਦੇ ਹੋਣੇ ਇਸ ਗੱਲ ਨੂੰ, ਲੇਕਿਨ ਜਿਹੜਾ ਨਾ
ਚਾਹੀਦਾ ਹੈ ਹੀ ਹੈ, ਸਾਨੂੰ ਸੁਲਾਹ ਕਰ ਲੈਣੀ ਚਾਹੀਦੀ ਹੈ। ਨਿਜ਼ਾਮ ਬੜਾ ਖਰਾਬ ਜਿਹਾ ਹੋ ਗਿਆ ਸੀ ਤੇ ਲਾਣਾ ਉਂਝ ਵੀ ਇਕਣਾ ਹੈ ਬੜਾ, ਤੇ ਅੱਗੇ ਚਲੋ ਥੋੜਾ ਬਹੁਤਾ ਗਲਤ ਰਾਹ ਤੇ ਸੀ ਅਸੀਂ, ਸੁਲਾਹ ਤੇ ਆ ਗਈ ਗੱਲ, ਸੁਲਾਹ ਹੀ ਕਰਦੇ ਆ ਤੇ ਅੱਗੋ ਤਪਣੀਆਂ ਕਰਵਾਉਣੀਆਂ ਵੀ ਕੋਣੀ ਜੋੜ ਛੋੜ ਜਿਹੜੇ ਨੇ, ਠੀਕ ਹੈ ਸ਼ੁਗਲ ਮੇਲਾ ਫਿਰ ਬਣਾ ਲੈ ਯਾਰ। ਮੇਰਾ ਦਿਲ ਚੱਲ ਗਿਆ ਬਾਬਾ ਜੀ, ਮੇਰਾ ਯਕੀਨ ਮਨ ਮੇਰਾ ਦਿਲ ਹੀ ਚੱਲ ਗਿਆ, ਮੈਂ ਫਾਇਦਾ ਕੋਣੀ ਉਂਝ ਕਦੀ ਕਦੀ ਸ਼ੁਗਲ ਬਣਾ ਲਾ ਕਰਾਂਗੇ ਯਾਰ, ਇੱਕ ਚੀਜ਼ ਹੈ ਹੀ ਗਲਤ ਹੈ ਤੇ ਫਿਰ ਉਹਨੂੰ ਕਰਨ ਦਾ ਫਾਇਦਾ ਮੈਨੂੰ ਇਹ ਦੱਸ, ਚਲੋ ਇਹਦੇ ਨਾਲ ਬਿਹਤਰ ਵੈਸੇ ਉਂਝ ਮੁਰਗੇ ਸ਼ੁਗਲ ਜਿਹੜਾ ਸ਼ੌਕ ਸ਼ੁਗ ਨਾਲ ਕਰਾਵਾਂਗੇ ਰੱਖਾਂਗੇ ਕੋਈ ਨਵੇਂ ਨਵੇਂ ਲਿਆਵਾਂਗੇ। ਤੈਨੂੰ ਪਤਾ ਇੱਕ ਮੁਰਗਾ ਰਹਿ ਗਿਆ ਸੀ ਬਰੀਡਰ ਮੇਰੇ ਕੋਲ ਜਿਹੜਾ ਮੇਨ ਸੀ, ਹੁਣ ਮੁਰਗਾ ਕੋਲ ਕੋਈ ਤੇ ਉਹ ਚੰਗਾ ਸੀ, ਯਕੀਨ ਕਰ ਪਤਾ ਹੈ ਚੰਗਾ ਸੀ, ਠੀਕ ਹੈ ਜਿਹੜਾ ਦਿਲ ਨੂੰ ਬੰਦੇ ਲੱਗਦਾ, ਹੁਣ ਅੱਗੋ ਕੋਈ ਲੱਭ ਕੇ ਜਾ ਤੇ ਕੋਈ ਕੀਤੇ ਅਫਸੋਸ ਹੁਣ ਯਾਰ ਸਾਰੇ ਭਰਾ ਵਾ ਜੀ, ਹੁਣ ਅਸੀਂ ਸਾਡਾ ਇੰਨੇ ਚ ਕੋਈ ਕਸੂਰ ਨੀ, ਨਾ ਅਸੀਂ ਕੁਛ ਕਰ ਸਕਦੇ ਸੀ, ਅੱਲਾ ਦੇ ਬਣਿਆ ਅਟੈਕ ਹੀ ਉਹਨੂੰ ਹੋਇਆ ਦੋਸਤੋ, ਹਾਰਟ ਅਟੈਕ ਹੀ ਹੋਇਆ, ਗਰਮੀ ਯਕਦਮ ਵਧੀ ਹੈ, ਖੁੱਡੇ ਦੇ ਵਿੱਚ ਡੱਕਿਆ ਸੀ ਰਾਤ ਟਾਈਮ, ਠੀਕ ਹੈ ਪਾਣੀ ਛਾਣੀ ਮਤਲਬ ਮਾਰ ਕੇ ਨਾ ਥੱਲੇ ਮੈਂ ਠੰਡਾ ਠੰਡਾ ਕਰਕੇ ਉਹਨੂੰ ਨਾ ਰਾਤੀ ਬਾਜਰਾ ਬੁਜਰਾ ਪਾ ਕੇ ਆਇਆ ਵਾ, ਸਵੇਰੇ ਜਦੋਂ ਗਿਆ ਵਾ ਨਾ ਤਕਰੀਬਨ 9 ਵਜੇ ਕੋਲ, ਤੇ ਉਸ ਟਾਈਮ ਮਤਲਬ ਨਾ ਮਰੇ ਆ ਸੀ ਉਹ ਅਟੈਕ ਹੋ ਗਿਆ। ਮਜ਼ੀਦ ਜਿਹੜਾ ਨਾ ਚੂਚਿਆਂ ਰਾਤ ਨੂੰ ਪਾਣੀ ਲਾਜ਼ਮੀ ਰੱਖਿਆ ਕਰੋ, ਪਾਣੀ ਵੀ ਲਾਜ਼ਮੀ ਰੱਖਿਆ ਕਰੋ, ਤੇ ਉਸ ਤੋਂ ਬਾਅਦ ਆਪਣੇ ਮੁਰਗਿਆਂ ਨੂੰ ਨਾ ਰੋਟੀ ਦੇ ਭੋਰੇ ਜਿਹੜਾ ਇਹਨਾਂ ਨੂੰ ਪੇ ਕੇ ਉਹਨੂੰ ਠੰਡੀਆਂ ਖੁਰਾਕਾਂ ਉਹਨੂੰ ਦਵੋ, ਠੀਕ ਹੈ ਗਰਮੀ ਬੜੀ ਆ ਗਈ ਹੁਣ, ਨਾ ਕੋਸ਼ਿਸ਼ ਕਰੋ ਜੇ ਅਗਰ ਤੁਸੀਂ ਛੱਤ ਉੱਤੇ ਖੁੱਡੇ ਛੁੱਡੇ ਆਣੇ ਨਾ ਤੁਹਾਡੇ ਮਤਲਬ ਧੁੱਪ ਛੁੱਪ ਲੱਗਦੀ ਹੈ, ਤੇ ਖੁੱਡਿਆਂ ਦੇ ਅੱਗੇ ਨਾ ਬੋਰੀ ਜਿਹੜੀ ਹੈ ਨਾ ਬੋਰੀ ਉਹਨੂੰ ਵਿੱਲੀ ਕਰਕੇ ਉਹ ਲਾਓ ਤਾਂ ਕਿ ਹਵਾ ਵੂ ਦੇ ਨਾਲ ਨਾ ਠੰਡੀ ਹਵਾ ਨਾਲ ਲੱਗੇ, ਠੀਕ ਹੈ। ਬਾਕੀ ਦੋਸਤ ਜਿਹੜੇ ਬੱਚੇ ਨੇ ਉਹਨਾਂ ਦੀ ਵੀ ਸਿਚੁਏਸ਼ਨ ਤੁਸੀਂ ਵੇਖ ਹੀ ਲਈ, ਉਹਨਾਂ ਨਾਲ ਜੋ ਬਣਿਆ 4-5 ਮਰ ਗਏ ਨੇ, ਚੋਰਲਾ ਕੀਤਾ 9 ਰਹਿ ਗਏ ਨੇ, ਮਾਦੀਆਂ 2 ਸੀ ਇੱਕ ਘਰ ਦੀ ਤੇ ਹੁਣ ਇੱਕ ਲੈ ਦਾ, ਅੱਗੇ ਮੁਰਗਾ ਬਰੀਡਰ ਸੀ ਮੇਰਾ, ਤੇ ਅਸੀਂ ਚੋਰੀ ਲੈ ਲਵਾਂ ਲਾਖੀ ਦੀ, ਹੁਣ ਮੁਰਗਾ ਵੀ ਉਹ ਵੀ ਮਰ ਗਿਆ, ਠੀਕ ਹੁਣ ਮੁਰਗਾ ਕੋ ਅੱਗੋਂ ਨਿਜ਼ਾਮ ਲਾਉਂਦੇ ਹਾਂ ਕੋਈ ਲੱਭਦੇ ਹਾਂ ਕੋਈ ਆਇਆ ਮੁਰਗਾ ਕਿਸੇ ਦੇ ਹੱਥ ਥੱਲੇ ਦੇ ਹੈ ਹੱਥ ਥੱਲੇ, ਪਰ ਹੁਣ ਵੇਖੋ ਅੱਗੇ ਮੇਰੇ ਤੋਂ ਤਾਂ ਪਟੀਤੇ ਆ, ਹੁਣ ਤੇਰਾ ਪਤਾ ਕੋਈ ਨਹੀਂ ਕਿਹੜਾ ਮੁਰਗਾ, ਉਹ ਨਹੀਂ ਸੀ ਜਿਹਦੇ ਕੋਲ ਉਹ 20,000 ਹੀ ਆਖਿਆ ਸੀ, ਆਹੋ ਚਾਚੇ ਕੋ ਜਦੋਂ ਗਏ ਸੀ, ਚਾਚੇ ਕੋ ਆਹੋ ਜੇ ਸਲਾਹ ਹੈ ਹੀ ਉਹਨਾਂ ਕੋ ਸਾਵਾ ਮੁਰਗਾ ਬੜਾ ਕੰਮ ਦਾ ਖਲੋਤਾ ਹੈ, ਥੋੜਾ ਕਮਜ਼ੋਰ ਹੈ, ਕੀ ਮਤਲਬ ਚੰਗਾ ਹੈ ਉਹ ਬੜਾ ਚੰਗਾ ਮੁਰਗਾ ਹੈ, ਕਰਦਾ ਜਾਂ ਕਿੱਥੋਂ ਉਸ ਲਿਆਂਦਾ, ਜਿੱਥੋਂ ਉਸ 20,000 ਲਿਆਂਦਾ ਉੱਥੇ ਲਿਆਂਦਾ, ਕੀ ਜਾਂਦਾ ਉਹ ਪੈਸੇ ਕਿੰਨੇ ਕੁ ਮੰਗਦਾ, ਪੈਸੇ ਹੁਣ ਜਾ ਕੇ ਪਤਾ ਲੱਗਣਾ, ਮੈਂ ਕਦੇ ਪੁੱਛਿਆ ਵੇਖਿਆ ਹੈ ਹੀ, ਆਹੋ ਵੇਖਿਆ ਹੈ ਯਾਰ ਅੱਜ ਤੇ ਨਹੀਂ, ਅੱਜ ਤੇ ਉਹਦੇ ਜਿੱਡਾ ਬਰੀਡ ਜਿੱਡਾ ਹੈ ਕਿ ਵੱਡਾ ਹੀ ਜਾਂ ਨਿੱਕਾ, ਮਤਲਬ ਕਿੱਡਾ ਕੁ ਉਹਦੇ ਜਿੱਡੇ ਕੱਦ ਤੇ ਹੈ ਥੋੜਾ ਕਮਜ਼ੋਰ ਹੈ, ਚਲੋ ਕਰ ਲੈਂਦੇ ਹਾਂ ਸਾਫ ਦੋਸਤੋ, ਉਹ ਬੰਦੇ ਕੋਲ ਜਿੰਦੇ ਕੋਲ ਅਲੀ ਗਿਆ ਸੀ ਸੌਦਾ ਕਰਨ 20,000 ਆ, ਉਹ ਬੰਦੇ ਕੋਲਾਂ ਦਾ ਮੁਰਗਾ ਹੈ ਵੇ, ਹੁਣ ਕੋਈ ਜਾਵਾਂਗੇ ਪਤਾ ਪੁਤਾ ਕਰਾਂਗੇ, ਹੁਣ ਸੁਲਾ ਸਫਾਈ ਹੋ ਗਈ ਹੈ ਫਿਰ ਪੱਕੀ ਗੱਲ ਹੈ, ਹੁਣ ਬੋਤਲ ਪਿਆ ਹੋਣਾ ਜਾ ਕੇ ਬੋਤਲ ਪਾ ਜੀ, ਕੀ ਪੈਟ ਖੋਲ ਦਾਂ ਤੇ ਬੋਤਲਾਂ ਦੇ ਕੀ ਮਸਲਾ ਹੋ ਗਿਆ, ਪਰ ਇਹ ਗੱਲ ਇਹ ਵੇ ਤੂੰ ਕੱਲ ਮੁੜ ਨਾ ਮੈਨੂੰ ਆਖੀ, ਉਹ ਨਹੀਂ ਯਾਰ ਆਂਦਾ ਕੱਲ ਨੂੰ ਨਹੀਂ, ਮੇਰੀ ਮਿਹਰਬਾਨੀ ਇਹ ਕੰਮ ਜਿਹੜਾ ਛੱਡ ਦਿੱਤਾ ਉਹ ਛੱਡ ਦੇਣਾ ਚਾਹੀਦਾ, ਠੀਕ ਉਸ ਤੋਂ ਬਾਅਦ ਨਮਾਜ਼ਾਂ ਨੂੰ ਪੜਿਆ ਕਰਨੀਆਂ, ਪੜਦੇ ਆ ਨਮਾਜ਼ਾਂ, ਆਹਾ ਬਹੁਤ ਚੰਗਾ ਨਾ ਮੈਂ ਅੱਜ ਨਾ ਰਾਤ ਜੁਮੇ ਰਾਤ ਅੱਜ ਇਹ ਨਾ ਸਵੇਰੇ ਜੁਮਾ, ਅੱਜ ਇਹਨਾਂ ਨੂੰ ਦਿਹਾੜੀਆਂ ਵੀ ਦੇਣੀਆਂ ਪੈਣੀਆਂ ਨੇ, ਫਿਰ ਦਿਹਾੜੀਆਂ ਦੇਣੀਆਂ ਪੈਣੀਆਂ, ਵੈਸੇ ਕੋਣੀ ਆਣ ਤੇਰੇ ਕੋਲ ਇਹ ਬੜੇ ਇਹਨਾਂ ਨਾਲ ਦਿਹਾੜੀਆਂ ਕੀ, ਇਹ ਤੇ ਬਾਲਾ ਤੇਰੇ ਕੋਲ ਖੋਖੂ ਨਾ, ਇਹਨਾਂ ਬੋਤਲ ਪਿਆਣੀ ਅੱਜ ਉਦੋਂ ਕਿਦੋਂ ਜਾਂਦਾ ਪਿਆ ਉਹ, ਅੱਲਾ ਨੇ ਬੜਾ ਬੜੀ ਕਮਾਲ ਦੀ ਪੋੜੀ ਲੱਗੀ ਹੈ, ਪਰ ਅਗਲੀ ਸ਼ਹਿਰ ਤੋਂ ਉਦੋਂ ਜਾਂਦੇ ਆ, ਧਿਆਨ ਨਾ ਲਿਆ ਯਾਰੀ ਸਭ ਦੇਖ ਨਾ ਜਾਏ ਤੇ ਖਤਰੀ ਜਿਹਾ ਕੰਮ ਹੈ, ਹੁਣ ਚੱਲੇ ਕਿੱਧਰ ਹੋ, ਬੋਤਲ ਤੁਸੀਂ ਕਿਹਾ ਤਾਂ ਹੈ ਬੋਤਲ 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 ਕਿਦੇ ਪਿਆਣੀ ਹੈ ਤੈਨੂੰ, ਮੂੰਹ ਤੇਰਾ ਬੋਤਲ ਵਾਲਾ, ਤੈਨੂੰ ਤਾਂ ਜੂਸ ਪਿਆਣਾ ਚਾਹੀਦਾ ਦਸਾਂ ਵਾਲਾ, ਉਹ ਹੀ ਪੀਨੇ ਆ ਤੂੰ, ਹੁਣ ਮੇਰੇ 50 ਲਾ ਕੇ ਰਾਜ਼ੀ ਰਹਿਣਾ ਮੈਨੂੰ ਇਹ ਦੱਸ, ਤੂੰ ਸੁਲਾ ਨਹੀਂ ਕੀਤੀ ਆ ਕਿ ਤੂੰ ਮੇਰੇ ਨਾਲ, ਸੁਲਾ ਚੰਗੀ ਭੈਣ ਜੋ ਤੇਰਾ ਹੱਕ ਬਣਦਾ ਕਿ ਮੇਰਾ ਬਣਦਾ, ਤੂੰ ਦਾ ਹੱਕ ਬਣਦਾ, ਚੱਲ ਹੈ ਨਿੱਕਾ ਨਿੱਕਾ ਨਾ ਮੈਂ ਹੀ ਪਿਆ ਦਿੰਦਾ ਤੂੰ ਟੈਨਸ਼ਨ ਨਾ, ਕੀ ਰੱਖੇ ਨੇ ਕਿੱਥੇ ਰੱਖੇ, ਕਿੱਥੇ ਰੱਖੇ ਨੇ, ਇੱਧਰ ਰੱਖੇ ਨੇ ਡੇਰੇ ਚਲਾ ਜੀ, ਚੰਗੇ ਨੇ ਬਿਸਤਰ ਕੇ ਮਾੜੇ ਨੇ, ਹੋਰ ਵੀ ਨਾ ਹੋਵੇ ਕਾਕੀ, ਕਿਆ ਬਾਤ ਹੈ ਚਿੱਤਰ ਤਾਂ ਬੇਚਣ ਗਏ, ਚਿੱਤਰ ਨੇ ਕਿ ਹੋ ਰਹੀ ਆ ਕੁਝ, ਚਿੱਤਰ ਨੇ ਕਿਹੜੀ ਨਸਲ ਦੀ, ਇਹ ਜੰਬੂ ਨਸਲ ਦਾ, ਜੰਬੂ ਨਸਲ ਦਾ ਚੈੱਕ ਕਰੋ ਹਾਂ ਭਾਈ, ਚਿੱਤਰ
ਸ਼ੋਕ ਕਰੋ ਹਾਂ ਦੋਸਤੋ ਜਿਸ ਤਰ੍ਹਾਂ ਦਾ ਡਾਡੇ ਨੇ ਚਿੱਤਰ ਵਿਆਹ ਹੈਂ ਚਾਚੇ ਰੱਖੇ ਨੇ ਤੂੰ ਤੈਨੂੰ ਪਹਿਲਾਂ ਖਾਣ ਦੀ ਬੜੀ ਆਦਤ ਹੈ ਭੈੜੀ ਮੈਂ ਨੀ ਖਾਣੀ ਬਾਲਾਂ ਨਹੀਂ ਚੱਲ ਖਾ ਲੈ ਇੱਧਰ ਕਿਤੇ ਵੜਦਾ ਪਿਆ ਅੱਛਾ ਇਹ ਬੋਤਲ ਰਾਹ ਇੱਧੇ ਬੜਾ ਕਮਾਲ ਦਾ ਰਾਹ ਖੁਫੀਆ ਪੀਓ ਪੀਓ ਪਾ ਜੀ ਪਹਿਲਾਂ ਪੀਓ ਤੁਸੀਂ ਉਹ ਤੇਰਾ ਪਲਾਵ ਜੇ ਚੈੱਕ ਕਰ ਚੰਗੀ ਠੰਡੀ ਹੈ ਕਿ ਨਹੀਂ ਠੰਡੀ ਮਾੜ ਪਨਾ ਪੈਸੇ ਭਰੇ ਨੇ ਤੈਨੂੰ ਬੜੀ ਠੰਡੀ ਲੱਗਣੀ ਸੀ ਹੁਣ ਤੂੰ ਐਂ ਜੀ ਕਰਨਾ ਪੈਸੇ ਮੈਂ ਤੇ ਪੈਸੇ ਦੇਣਾ ਸੁਣਾ ਬਾਰ ਬਾਰ ਤੇ ਹੋਰ ਵੀ ਸ਼ਰਾ ਖਾ ਪੀ ਲੈ ਨਾਲ ਉਹਨੇ ਬਿਸਕੁਟ ਕੋਈ ਨਹੀਂ ਠੀਕ ਹੋ ਰਾਜ਼ੀ ਹੋ ਭਾਜੀ ਹਾਂਜੀ ਹਾਂ ਕੋਈ ਠੰਡੇ ਠੰਡੇ ਹੋ ਗਏ ਜਾਂ ਨਹੀਂ ਅਜੇ ਵੀ ਗਰਮ ਬਿਲਕੁਲ ਠੰਡੇ ਹੋ ਬਿਲਕੁਲ ਠੰਡੇ ਹਾਂ ਦੋਸਤੋ ਸੁਲਾ ਸਫਾਈ ਤਾਂ ਸਾਨੂੰ ਪਤਾ ਸਾਡੀ ਹੋ ਹੀ ਗਈ ਹੈ ਅਤੇ ਆਈ ਫਿਰ ਵੀਡੀਓ ਵਿੱਚ ਨਹੀਂ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਨਾ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਨਾਲ ਇਨਸ਼ਾ ਅੱਲਾ ਬਹੁਤ ਜਲਦੀ